ਹੇ ਗਾਇਸ ਥਿਸ ਇਜ਼ ਗੌਰਵ ਤੇ ਮੇਰੇ ਨਾਲ ਨੇ ਜੀ ਰੋਹੀ ਗਰੋਵਰ ਤੇ ਜੀ ਰੋਹੀ ਗਰੋਵਰ ਤੇ ਮੈਂ ਆ ਚੁੱਕਿਆ ਤੁਹਾਡੇ ਵਾਸਤੇ ਵਧੀਆ ਜੀ ਇੱਕ ਨਿਊਜ਼ ਲੈ ਕੇ ਐਂਡ ਹਾਲ ਨਿਊ ਨਿਊਜ਼ ਤਾਂ ਨਿਊਜ਼ ਹੀ ਹੁੰਦੀ ਆ ਯਾਰ ਬਟ ਲੈਟ ਮੀ ਟੈਲ ਯੂ ਕਿਆ ਜੇ ਇੱਕ ਬੜੀ ਵਿਦਿਆ ਨਿਊਜ਼ ਲੈ ਕੇ ਆਇਆ ਚੱਲ ਮੇਰਾ ਪੁੱਤ ਦੇਖੀਆ ਤੁਸੀਂ ਤੁਸੀਂ ਵੇਖਿਆ ਬਿਲਕੁਲ ਬਿਲਕੁਲ ਤਾਂ ਚਲੋ ਜੀ ਆਪਾ ਬਟਾ ਅੱਜ ਨਿਊਜ਼ ਲੈ ਕੇ ਆਇਆ ਚੱਲ ਮੇਰਾ ਪੁੱਤ ਟੂ ਦੇ ਬਾਰੇ ਤੇ ਉਹਦੇ ਬਾਰੇ ਹੁਣ ਰੂਹੀ ਸਾਨੂੰ ਦੱਸਣਗੇ ਕਿ ਵਾਟ ਇਜ਼ 더 ਬੈਟਰ ਇਨ ਥਿਸ ਮੂਵੀ ਦੇਖੋ ਪਹਿਲਾਂ ਤਾਂ ਬੈਟਰ ਤੋਂ ਪਹਿਲਾਂ ਸੀ ਇਹ ਦੱਸਣਾ ਚਾਹੁੰਦੇ ਆ ਕਿ ਅਮਰਿੰਦਰ ਗਿੱਲ ਨੇ ਹੁਣੇ-ਹੁਣੇ ਇੰਸਟਾਗ੍ਰam ਤੇ ਆਪਣਾ ਇੱਕ ਪੋਸਟ ਰਿਲੀਜ਼ ਕੀਤਾ ਹੈ ਨਾਲ ਹੀ ਉਹਨੇ ਇੱਕ ਖਬਰ ਸ਼ੇਅਰ ਕੀਤੀ ਹੈ ਕਿ ਚੱਲ ਮੇਰਾ ਪੁੱਤ ਟੂ ਰਿਲੀਜ਼ ਹੋ ਰਹੀ ਹੈ 27 ਅਗਸਤ 2 ਤੋ ਚਲੋ ਜੀ ਜੇ ਤੁਸੀਂ ਇਹ ਮੂਵੀ ਵੇਖਣਾ ਚਾਹੁੰਦੇ ਹੋ ਫੜਾ ਫੜਾ ਦੇ ਨੀਅਰੈਸਟ ਥੀਏਟਰ ਤੇ ਜਾਓ ਤੇ ਟਿਕਟਸ ਵਗੈਰਾ ਬੁੱਕ ਕਰਾ ਲਓ ਜੀ ਕਿਉਂਕਿ ਮੈਨੂੰ ਪਤਾ ਹੈ ਬਹੁਤ ਰਸ਼ ਪੈਣ ਵਾਲਾ ਹੈ ਕਿੱਥੇ ਜਾਓ ਔਨਲਾਈਨ ਬੁਕਿੰਗ ਕਰ ਸਕਦੇ ਤੁਸੀਂ ਅਰੇ ਹਾਂ ਤੁਹਾਨੂੰ ਦੱਸਣਾ ਭੁੱਲ ਗਿਆ Amazon ਤੇ ਵੀ ਆ ਰਹੀ ਹੈ ਨਾਲੇ ਇਹ ਮੂਵੀ ਉੱਥੇ ਵੀ ਦੇਖ ਸਕਦੇ ਹੋ ਔਨਲਾਈਨ ਬੁਕਿੰਗ ਵੀ ਕਰਾ ਸਕਦੇ ਹੋ ਬਸ 50% ਨਾਲ ਜੀ ਥੀਏਟਰ ਖੋਲ ਰਹੇ ਨੇ ਐਸ ਕਰਕੇ ਜਲਦੀ ਤੋਂ ਪਹੁੰਚੋ ਆਦੀ ਆਦੀਆਂ ਟਿਕਟਸ ਬੁੱਕ ਕਰਾਓ ਐਂਡ ਲੈਟ ਮੀ ਟੈਲ ਯੂ ਬੋਥ ਮਚ ਅਵੇਟਡ ਮੂਵੀ ਐਂਡ ਦਾ ਐਂਡ ਦਾ ਪ੍ਰੀਵੀਅਸ ਮੂਵੀ ਵਾਸ ਵੈਰੀ ਗੁੱਡ ਹੈ ਨਾ ਸੁਪਰ ਡਿਫਰੈਂਟ ਸੀ ਜੀ ਚੱਲ ਮੇਰਾ ਪੁੱਤ ਵਨ ਉਹ ਤੁਸੀਂ ਦੇਖੀ ਸੀ ਦੇਖੀ ਸੀ ਫੇਵਰਿਟ ਕੈਰੈਕਟਰ ਕਿਹੜਾ ਸੀ ਤੁਹਾਡਾ ਅਮਿੰਦਰ ਗਿੱਲ ਦੇਖੋ ਜੀ ਕੁੜੀਆਂ ਜਿਹੜੀਆਂ ਨਾ ਸਾਰੀਆਂ ਅਮਰਿੰਦਰ ਗਿੱਲ ਦੀਆਂ دیਵਾਨੀਆਂ ਹੈ ਨਾ ਉਹਦਾ ਵਿਚਾਰੇ ਦਾ ਕੋਈ ਜ਼ਿਕਰ ਨਹੀਂ ਬਾਕੀ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ ਅਲੱਗ ਗੱਲ ਕਰਾਂਗੇ ਨਸੀਮੀ ਚੈਲ ਦੀ ਹਾਂ ਕੁੜੀਆਂ ਨੂੰ ਕੁੜੀਆਂ ਬਾਰੇ ਗੱਲ ਕਰਦੇ ਨਾ ਥੋੜੀ ਜੈਲਸ ਫੀਲ ਹੁੰਦੀ ਹੈ ਤਾਂ ਇਹਨੇ ਬੜਾ ਲੇਟ ਨਾਮ ਬੋਲਿਆ ਵਾ ਹੈ ਨਾ ਇਦਾਂ ਕੁਝ ਨਹੀਂ ਹੈ ਬਸ ਲੈਟ ਮੀ ਟੈਲ ਯੂ ਗਾਇਜ਼ ਕਿ ਐਸ ਮੂਵੀ ਦੀ ਜਿਹੜੀ ਲਿਸਟ ਆ ਬੜੀ ਲੰ ਉਹਨਾਂ ਤੇ ਬ੍ਰੇਕ ਲ ਲਈਏ ਅ ਅਮਰਿੰਦਰ ਗਿੱਲ ਤੋਂ 라ਵਾ ਗੈਰੀ ਸੰਧੂ ਵੀ ਹੈਗੇ ਨੇ ਮੂਵੀ ਦੇ ਵਿੱਚ ਉਹਨਾਂ ਦਾ ਇੱਕ ਸਿਮੀ ਜਹਲ ਲੈ ਰਹੇ ਆ ਯਾਰ ਖਰਚੋ ਪਹਿਲਾਂ ਸਾਡਾ ਲੈ ਲਓ ਇੱਕ ਤਾਂ ਕੁੜੀਆਂ ਨੂੰ ਇਹ ਹੁੰਦਾ ਵੀ ਸਾਡਾ ਨਾਮ ਪਹਿਲਾਂ ਲੈ ਲਓ ਹੈਨਾ ਐਂਡ ਲੈਟ ਮੀ ਟੈਲ ਯੂ ਕਿ ਜਿਹੜੇ ਪਾਕਿਸਤਾਨੀ ਐਕਟਰਸ ਨੇ ਉਹ ਵੀ ਤੁਹਾਨੂੰ ਦਿਖਾਈ ਦੇ ਰਹੇ ਆ ਦੇ 올 ਆਰ ਵੈਰੀ ਫੈਂਟੈਬਲਸ ਐਂਡ ਜਿਹੜੇ ਮੂਵੀ ਦੇ ਡਾਇਰੈਕਟਰ ਨੇ ਮਿਸਟਰ ਰਾਕੇਸ਼ ਧਵਨ ਉਹ ਤਾਂ ਮਾਈਂਡ ਬਲੋਇੰਗ ਜੀ ਉਹਨਾਂ ਨੇ ਪਹਿਲਾਂ ਬਹੁਤ ਵਧੀਆ ਉਹਦੀਆਂ ਮੂਵੀਆਂ ਦਿੱਤੀਆਂ ਐਂਡ ਰਿਦਮ ਰਿਦਮ ਐਨਾ ਰਿਦਮ ਰਿਦਮ ਐਂਡ ਰਿਦਮ ਬॉयਜ਼ ਭਾਈ ਜਿਨ੍ਹਾਂ ਨੇ ਪਹਿਲਾ ਲਾਇਆ ਫਿਲਮ ਤੇ ਜੇ ਉਹ ਨਾ ਹੁੰਦੇ ਤਾਂ ਫਿਲਮ ਕਿੱਥੋਂ ਵੇਖਦੇ ਹਣਾ ਉਹਨਾਂ ਦਾ ਵੀ ਸਾਨੂੰ ਥੈਂਕ ਯੂ ਕਰਨਾ ਚਾਹੀਦਾ ਤੇ ਇਸ ਮੋਸਟ ਵੇਟਿਡ ਮੂਵੀ ਨੂੰ ਤੁਸੀਂ ਵੇਖ ਸਕਦੇ ਹੋ ਵੈਰੀ ਸੂਨ ਤੇ ਜਲਦੀ ਤੋਂ ਜਲਦੀ ਆਂਦਿਆਂ ਟਿਕਟਸ ਬੁੱਕ ਕਰਾ ਲਓ ਇੱਕ ਹੋਰ ਖਬਰ ਵੀ ਆ ਕਿ ਚੱਲ ਮੇਰਾ ਪੁੱਤ 3 ਵੀ ਬਨਣ ਵਾਲੀ ਹੈ ਹਾਂ ਐਂਦੇ ਬਾਰੇ ਵੀ ਤੁਹਾਨੂੰ ਦੱਸ ਦੇਣਾ ਜੀ ਚੱਲ ਮੇਰਾ ਪੁੱਤ 3 ਵੀ ਆਉਣ ਵਾਲੀ ਆ ਉਹਦੇ ਤੇ ਜਿਹੜੀ ਨਜ਼ਰਾਂ ਨੇ ਅਸੀਂ ਗੜਾਏ ਰੱਖਾਂਗੇ ਅਸੀਂ ਦੋਵੇਂ ਫੇਰ ਆਵਾਂਗੇ ਫਿਲਮ ਦੇ ਦਿਨ ਫਿਲਮ ਨਜ਼ਰ ਇੱਥੇ ਨਹੀਂ 7 ਅਗਸਤ 2021 ਦੇ ਤੁਸੀਂ ਵੀ ਕਰਾ ਕੇ ਰੱਖ हां फिलहाल ਤਾਂ 27th of august ਦੀ i'm waiting for ਹੈਨਾ i'm dying to watch this movie ਤੇ ਤੁਸੀਂ ਵੀ ਚਲੋ ਤੇ ਮੂਵੀ ਦੇਖੋ ਹੁਣ ਮੈਂ ਇਹਨੂੰ ਲੈ ਕੇ ਚੱਲਿਆ ਆਂ ਇਹਨੇ ਤਾਂ ਗੈਨ ਚੱਲ ਮੇਰਾ ਪੁੱਤ